इस खंडर के कोई अंदाजा ही नहीं ला सकते। वह मंजा भी पिया, उस मंजे के उत्ते रात में कोई एक व्यक्ति पैंदा। ਤੁਸੀਂ ਇੱਥੇ ਕੱਲੀ ਰਹਿ ਰਹੇ ਹੋ? ਹਾਂ ਜੀ। ਅੰਦਰ ਕੌਣ ਕੌਣ ਹੋਰ ਰਹਿ ਰਿਹਾ ਤੁਹਾਡੇ ਨਾਲ? ਨਾ ਨਾ ਕੋਈ। ਇੱਕ ਵਾਰ ਦਿਖਾ ਸਕਦੇ ਹਾਂ ਅਸੀਂ ਤੁਹਾਨੂੰ? ਤੁਸੀਂ ਕੱਲੇ ਰੁਕੇ, ਤੁਹਾਨੂੰ ਕਿਸੇ ਚੀਜ਼ ਦੇ ਕੋਈ ਡਰ, ਕੋਈ ਖਤਰਾ, ਕੋਈ ਕੁਛ ਨਾ ਜੀ? ਨਾ ਕੁਛ ਨਹੀਂ ਹੈਗਾ। ਮੈਂ ਅਗਰ ਹੁਣ ਕੋਈ ਹੱਟੇ ਕੱਟੇ ਬੰਦੇ ਨੂੰ ਵੀ ਇੱਥੇ ਇੱਕ ਘੰਟਾ ਵੀ ਰੁਕਣਾ ਪੈ ਜਾਵੇ ਨਾ ਬੰਦ ਕਮਰੇ ਦੇ ਵਿੱਚ ਬੰਦ ਲਾਈਟ ਦੇ ਵਿੱਚ, ਤਾਂ ਉਸਦੀ ਹਾਲਤ ਕੀ ਬਣ ਸਕਦੀ ਆ? ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀਗੇ? ਉਹ ਗੇਜ ਲੀਡਰ ਦੀ ਜੀ ਪੜਸਾਲ ਨਵੀਸ। ਹੁਣ ਤੁਹਾਡੀ ਫੈਮਿਲੀ ਵਿੱਚ ਕੋਈ ਤੁਹਾਡਾ ਇਦਾਂ ਦਾ ਕੋਈ ਮੈਂਬਰ ਨਹੀਂ ਹੈਗਾ ਜਿਹੜਾ ਤੁਹਾਨੂੰ ਸਾਂਭ ਸਕੇ ਤੁਹਾਨੂੰ? ਤੇ ਤੁਹਾਡਾ ਖਾਣਾ ਪੀਣਾ ਕਿੱਦਾਂ ਨਿਕਲਦਾ? ਉਹ ਤੁਸੀਂ ਰੋਟੀ ਪਾਣੀ ਕਿੱਥੋਂ ਖਾਂਦੇ ਹੋ? ਰੋਟੀਆਂ ਮੇਰੇ ਕੋਲ ਪਿਆ ਰਾਸ਼ਨ, ਮੈਂ ਤਾਂ ਇੱਕ ਮਿੰਟ ਲਾਉਣਾ। ਇਹ ਜਿਹੜੀਆਂ ਕੰਧਾਂ ਨੇ ਉਹ ਵਿੱਚ ਕੱਚੀਆਂ ਇੱਟਾਂ ਲਾਈਆਂ ਹੋਈਆਂ ਵੀ ਠੰਡਾ ਰਹੇ। ਇਹ ਅੰਗਰੇਜ਼ਾਂ ਦੇ ਕੰਮ ਦੀ, ਅੰਗਰੇਜ਼ਾਂ ਦੁਆਰਾ ਬਣਾਈ ਗਈ ਇਹ ਚੀਜ਼ ਆ। ਅਸੀਂ ਅੱਜ ਆਏ ਹੋਏ ਸੀਗੇ ਦਰਾਹੇ। ਦਰਾਹੇ ਇੱਕ ਨਹਿਰ ਦੇ ਲੱਗਦੇ ਇੱਕ ਖੰਡਰ ਟਾਈਪ ਤੁਸੀਂ ਕਹਿ ਸਕਦੇ ਇੱਕ ਘਰ ਆ। ਤੁਸੀਂ ਘਰ ਦਾ ਤਾਂ ਅੰਦਾਜ਼ਾ ਹੀ ਲਾ ਸਕਦੇ ਵੀ ਇੱਥੇ ਕੋਈ ਬੰਦਾ ਵੱਸਦਾ ਹੋਊਗਾ। ਤੁਸੀਂ ਇੱਕ ਵਾਰ ਇਸ ਸਾਈਡ ਨੂੰ ਦਿਖਾਊਂਗਾ, ਮੈਂ ਚਾਹੂੰਗਾ ਕੈਮਰਾਮੈਨ ਸਾਹਿਬ ਦਿਖਾਉਣ ਕਿ ਇਸ ਖੰਡਰ ਦੇ ਵਿੱਚ ਤੁਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ। ਉਹ ਮੰਜਾ ਵੀ ਪਿਆ, ਉਸ ਮੰਜੇ ਦੇ ਉੱਤੇ ਰਾਤ ਨੂੰ ਕੋਈ ਇੱਕ ਵਿਅਕਤੀ ਪੈਂਦਾ। ਉਸ ਵਿਅਕਤੀ ਨਾਲ ਤੁਹਾਡੇ ਮਿਲਾਵਾਂਗੇ ਤੁਹਾਨੂੰ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਸ ਟਾਈਮ 'ਤੇ ਕੋਈ ਇੱਥੇ ਰਹਿ ਵੀ ਰਿਹਾ। ਆਓ ਦਿਖਾਉਂਦੇ ਤੁਹਾਨੂੰ। ਅੰਕਲ ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੰਨੇ ਟਾਈਮ ਤੋਂ ਇੱਥੇ ਰੁਕ ਰਹੇ ਹੋ, ਰਹਿ ਰਹੇ ਹੋ? ਇਹ ਜੀ ਸਾਡੇ ਜਿਹੜੇ ਭਾਈ ਜੀ, ਹਾਂਜੀ, ਉਹ ਰਿਟਾਇਰ ਹੋ ਗਿਆ ਇੱਕ। ਕਿਸ ਚੀਜ਼ ਦੇ ਵਿੱਚ ਰਿਟਾਇਰ ਹੋਏ ਨੇ ਉਹ? ਆ ਪੜਸਾਲ ਨਵੀਸ ਸੀ ਉਹ, ਮਤਲਬ ਸਰਕਾਰੀ ਨੌਕਰੀ ਕਰਦੇ ਸੀਗੇ। ਤੇ ਤੁਸੀਂ? ਲੈਰ ਮਹਿਕਮੇ ਚ ਮੈਂ ਗੱਡੀ ਚਲਾਉਂਦਾ ਹੁੰਦਾ ਸੀ। ਅੱਛਾ। ਮੈਂ ਫਿਰ ਉਹ ਸਾਡੀ ਮਾਤਾ ਕਹਿੰਦੀ ਵੀ ਉਰੇ ਰਹਿ ਤੂੰ। ਤੁਸੀਂ ਇੱਥੇ ਕੱਲੀ ਰਹਿ ਰਹੇ ਹੋ? ਹਾਂ ਜੀ। ਅੰਦਰ ਕੌਣ ਕੌਣ ਹੋਰ ਰਹਿ ਰਿਹਾ ਤੁਹਾਡੇ ਨਾਲ? ਨਾ ਨਾ ਕੋਈ ਨਹੀਂ। ਇੱਕ ਵਾਰ ਦਿਖਾ ਸਕਦੇ ਹਾਂ ਅਸੀਂ ਤੁਹਾਨੂੰ? ਆ ਜਾਓ। ਹਾਂਜੀ ਹਾਂਜੀ। ਇੱਥੇ ਤੁਸੀਂ ਰੁਕ ਰਹੇ ਹੋ ਕੱਲੇ ਹੀ? ਹਾਂ। ਆ ਜਾਓ। ਸਹੀ ਦਿਖ ਰਿਹਾ ਕੈਮਰੇ 'ਚ? ਠੀਕ ਹੈ। ਇੱਥੇ ਤੁਸੀਂ ਕੱਲੇ ਰੁਕੇ, ਤੁਹਾਨੂੰ ਕਿਸੇ ਚੀਜ਼ ਦੇ ਕੋਈ ਡਰ, ਕੋਈ ਖਤਰਾ, ਕੋਈ ਕੁਛ ਮਹਿਸੂਸ? ਨਾ ਜੀ ਨਾ ਕੁਛ ਨਹੀਂ ਹੈਗਾ। ਮੈਨੂੰ ਕੋਈ ਖਤਰਾ ਨਹੀਂ। ਆ ਜਾਓ ਇੱਕ ਵਾਰ ਆਪਾਂ ਚਾਨਣੇ ਦੇ ਵਿੱਚ, ਰੋਸ਼ਨੀ ਦੇ ਵਿੱਚ ਬਾਹਰ ਆ ਕੇ ਗੱਲ ਕਰ ਲਈਏ। ਮੈਨੂੰ ਲੱਗਦਾ ਕੈਮਰੇ ਦੇ ਵਿੱਚ ਥੋੜ੍ਹਾ ਇਸ ਟਾਈਮ ਹਨੇਰਾ ਹੋ ਚੁੱਕਿਆ, ਅੰਦਰ ਕੁਛ ਅੰਦਰ ਵੀ ਲਾਈਟ ਦੀ ਥੋੜ੍ਹੀ ਦਿੱਕਤ ਹੈਗੀ ਆ। ਪਰ ਅਗਰ ਮੈਂ ਤੁਹਾਨੂੰ ਦੱਸਾਂ, ਸੀਰੀਅਸਲੀ ਦੱਸਾਂ, ਅਗਰ ਤੁਹਾਨੂੰ ਕੋਈ ਹੱਟੇ ਕੱਟੇ ਬੰਦੇ ਨੂੰ ਵੀ ਇੱਥੇ ਇੱਕ ਘੰਟਾ ਵੀ ਰੁਕਣਾ ਪੈ ਜਾਵੇ ਨਾ ਬੰਦ ਕਮਰੇ ਦੇ ਵਿੱਚ ਬੰਦ ਲਾਈਟ ਦੇ ਵਿੱਚ, ਤਾਂ ਉਸਦੀ ਹਾਲਤ ਕੀ ਬਣ ਸਕਦੀ ਆ? ਉਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਜੋ ਇੱਥੇ ਰਹਿ ਰਿਹਾ। ਜੀ ਆ ਸੜਕ ਤੇ, ਹਾਂਜੀ, ਆ ਲੈਂਡ ਬਣੀ ਹੋਈ ਜੇ ਗਾਰਡਨ ਪਾਏ ਜੀ ਜੀ, ਇਹ ਡਿੱਗ ਪਿਆ, ਮੀਂਹ ਪਏ ਤੇ। ਮੀਂਹ ਪਏ ਤੇ? ਹਾਂ ਜੀ। ਤੁਸੀਂ ਉਸ ਟਾਈਮ ਕਿੱਥੇ ਸੀਗੇ? ਮੈਂ ਇੱਥੇ ਹੀ ਸੀ। ਤੁਹਾਨੂੰ ਇਹ ਤਾਂ ਨਹੀਂ ਲੱਗਿਆ ਵੀ ਕਿ ਸ਼ੁਕਰ ਆ ਕਿ ਮੈਂ ਬਾਹਰ ਸੀਗਾ ਤਾਂ ਡਿੱਗ ਗਿਆ? ਨਾ ਕੁਛ ਨਹੀਂ ਕਹਿੰਦਾ ਇਹ, ਕੁਛ ਨਹੀਂ ਕਹਿੰਦਾ। ਤੇ ਕਾਫੀ ਲੋਕਾਂ ਦਾ ਇਹ ਕਦੋਂ ਤੋਂ ਬਣਿਆ ਹੋਇਆ ਹੈ ਇੱਥੇ ਵਸਿਆ ਹੋਇਆ ਘਰ? ਮਕਾਨ ਹੈ ਜੀ ਇਹ, ਜਿਹੜੀ ਪੂਰੀ ਬਿਲਡਿੰਗ ਆ। ਹਾਂ ਜੀ, ਇਹ ਪੂਰੀ ਇਮਾਰਤ ਬਣੀ ਹੋਈ ਆ। ਇਹ ਕਦੋਂ ਦੀ ਬਣੀ? ਦੇਖ ਕੇ ਹੈਗੀ ਆ ਨਾ। ਹਾਂਜੀ, ਉਹ ਕੰਧਾਂ ਕਿੰਨੀਆਂ ਮੋਟੀਆਂ ਨੇ। ਇਹ ਕਦੋਂ ਦੀ ਬਣੀ ਹੋਈ ਆ, ਤੁਹਾਨੂੰ ਅੰਦਾਜ਼ਾ ਹੈਗਾ ਇਸ ਚੀਜ਼ ਦਾ? ਇਹ 39 ਸਾਲ 'ਚ ਬਣੀ ਹੋਈ ਆ ਜੀ। 39 'ਚ? 39। ਉੱਥੇ ਬੁਰਜੀ ਲੱਗੀ ਹੋਈ ਆ, ਉੱਧਰ ਵੀ ਉਹ ਜਾਮਣ ਕੋਲੇ ਲੋਹੇ ਦੀ। ਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀਗੇ? ਉਹ ਗੇਜ ਲੀਡਰ ਸੀ ਜੀ ਪੜਸਾਲ ਨਵੀਸ। ਹੁਣ ਤੁਹਾਡੀ ਫੈਮਿਲੀ ਵਿੱਚ ਕੋਈ ਤੁਹਾਡਾ ਇਦਾਂ ਦਾ ਕੋਈ ਮੈਂਬਰ ਨਹੀਂ ਹੈਗਾ ਜਿਹੜਾ ਤੁਹਾਨੂੰ ਸਾਂਭ ਸਕੇ, ਤੁਹਾਨੂੰ ਚੰਗੀ ਸਹੂਲਤ ਦੇ ਸਕੇ ਤੁਹਾਨੂੰ? ਹਾਂਜੀ, ਮੱਡੀ ਰਹਿੰਦੇ ਨੇ ਗੋਵਿੰਦਗੜ ਆ ਦਰਾਹੇ। ਅੱਛਾ। ਉਹ ਜਿਹੜਾ ਪੰਪ ਆ ਉਹਦੇ ਨਾਲ ਸਾਡੇ ਮਕਾਨ ਪਾਏ ਹੋਏ ਨੇ। ਤੁਸੀਂ ਮਕਾਨ ਤੁਹਾਡੇ ਬਣੇ ਹੋਏ ਨੇ, ਤੁਸੀਂ ਇੱਥੇ ਕਿਉਂ ਰੁਕ ਰਹੇ ਹੋ ਜਿੱਥੇ ਸੁੰਨਸਾਨ ਆ, ਇੱਥੇ ਖਤਰਾ? ਹਵਾ ਲੱਗਦੀ ਆ, ਉੱਥੇ ਤਾਰ ਆ ਡੰਗਰਾਂ ਨੂੰ, ਇੱਥੇ 4-5 ਉਹ ਮੇਰੀਆਂ ਮੈਸਾਂ ਖੜੀਆਂ ਨੇ, ਮੈਂ ਲਿਆਉਣੀਆਂ ਨੇ। ਵਧੀਆ ਜੀ। ਮਤਲਬ ਤੁਹਾਨੂੰ ਕੋਈ ਪਰਿਵਾਰ ਵੱਲੋਂ ਵੀ ਕੋਈ ਇਦਾਂ ਦੀ ਖੇਚਲ ਨਹੀਂ ਦਿੱਤੀ ਜਾ ਰਹੀ, ਮਤਲਬ ਤੁਸੀਂ ਧੱਕੇ ਨਾਲ ਨਹੀਂ ਰਹਿ ਰਹੇ ਇੱਥੇ? ਮੈਨੂੰ ਕੋਈ ਖੇਚਲ ਨਹੀਂ, ਆਪਣੀ ਜ਼ਿੰਦਗੀ ਜਿੱਦਾਂ ਤੁਸੀਂ ਜੀਣਾ ਚਾਹੁੰਦੇ ਹੋ ਉਸ ਤਰੀਕੇ ਨਾਲ ਜੀ ਰਹੇ ਹੋ। ਨਾ ਜੀ, ਵਧੀਆ। ਮੇਰੀ ਗੱਲ ਸੁਣੋ, ਰਾੜੇ ਸਾਹਿਬ ਮੈਂ 6 ਸਾਲ ਲਾਏ ਨੇ ਸੇਵਾ 'ਚ। ਉਹ ਹਜ਼ੂਰਾ ਸਿੰਘ ਬਾਬਾ ਜੀ, ਉਹ ਮੇਰੇ ਨਾਲ ਹੁੰਦਾ ਸੀ, ਉਹ ਮਰ ਗਿਆ ਵਿਚਾਰਾ। ਉਹ ਸਾਰਾ ਹਾਲ ਉਹਨੇ ਹੀ ਬਣਾਇਆ। ਕਿਹੜੇ ਵਾਲਾ? ਉਹ ਰਾੜੇ ਸਾਹਿਬ, ਰਾੜਾ ਸਾਹਿਬ ਦਾ। ਹਾਂ ਜੀ। ਅੱਛਾ। ਇਹ ਜਿਹੜੀਆਂ ਕੰਧਾਂ ਨੇ
ਉਹ ਵਿੱਚ ਕੱਚੀਆਂ ਇੱਟਾਂ ਲਾਈਆਂ ਹੋਈਆਂ ਨੇ ਵੀ ਠੰਡਾ ਰਹੇ। ਇਹ ਅੰਗਰੇਜ਼ਾਂ ਦੇ ਕੰਮ ਦੀ ਜੀ, ਅੰਗਰੇਜ਼ਾਂ ਦੁਆਰਾ ਬਣਾਈ ਗਈ ਇਹ ਚੀਜ਼ ਆ। ਇੱਥੇ ਮੈਂ ਸੁਣਿਆ ਵੀ ਕਈ ਲੋਕ ਬਜ਼ੁਰਗ ਸਾਡੇ ਸੁਣਨ ਨੂੰ ਮਿਲਦੇ ਨੇ ਕਿ ਇੱਥੇ ਪਹਿਲਾਂ ਪਾਕਿਸਤਾਨ ਦੇ ਲੋਕ ਵਸ ਮੁਸਲਮਾਨ ਲੋਕ ਵਸਦੇ ਸੀ ਜੋ ਵੰਡ ਤੋਂ ਬਾਅਦ ਪਾਕਿਸਤਾਨ ਜਾ ਚੁੱਕੇ ਨੇ। ਨਹੀਂ, ਇਹ ਤਾਂ ਮਤਲਬ ਸਰਕਾਰੀ ਉਹ ਪੱਕਾ ਚੌਤਰਾ ਬਣਾਇਆ ਹੋਇਆ ਉੱਥੇ ਬੈਠਣ ਨੂੰ, ਇਹ ਤਾਂ ਅੰਗਰੇਜ਼ ਬਹਿੰਦੇ ਹੁੰਦੇ ਸੀ। ਉਹ ਚਿਮਨੀ ਕਿਸ ਚੀਜ਼ ਦੀ ਬਣੀ ਹੋਈ ਹੈ? ਚਿਮਨੀ ਚਿਮਨੀ ਜੀ ਥੱਲੇ ਅੰਗੀਠੀ ਆ, ਉਹ ਅੰਗੀਠੀ ਆ ਕਾਕੇ। ਅੱਛਾ ਜੀ, ਅੰਗੀਠੀ ਵਿੱਚ ਕੀ ਕੀਤਾ ਜਾਂਦਾ ਸੀ ਉਸ ਟਾਈਮ? ਉਹ ਲੱਕੜਾਂ ਪਾਉਂਦੇ ਸੀ ਵੀ ਗਰਮਾਇਸ਼ ਰਹੇ। ਉਹ ਘੋੜਿਆਂ ਦੀ ਜਗ੍ਹਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦੇਖਦੇ ਹੋਏ? ਇਹਨੂੰ ਮੈਨੂੰ ਤਾਂ ਜੀ 5-6 ਸਾਲ ਹੋ ਗਏ ਉਰੇ। 5-6 ਸਾਲ ਤੋਂ ਤੁਸੀਂ ਇੱਥੇ ਹੀ ਹੋ? ਤੇ ਬਚਪਨ ਤੁਹਾਡਾ ਕਿੱਥੇ ਬੀਤਿਆ? ਬਚਪਨ ਉਹ ਦਰਾਹੇ ਹੁੰਦੇ ਜੀ ਅਸੀਂ। ਦਰਾਹੇ? ਹਾਂਜੀ। ਤੇ ਤੁਹਾਨੂੰ ਆ ਨਹਿਰ ਬਾਰੇ ਕੁਛ ਪਤਾ ਹੈ? ਕਿੰਨੇ ਟਾਈਮ ਤੋਂ ਇੱਥੇ ਨਿਕਲਦੀ ਆ ਰਹੀ ਹੈ ਇਹ? 39 ਤੋਂ ਪਹਿਲਾਂ ਹੀ ਨਿਕਲੀਆਂ ਨੇ ਜੀ। 39 ਤੋਂ ਪਹਿਲਾਂ? ਸਾਨਾ 39। ਪੱਕੀ ਕਦੋਂ ਕੀਤੀ ਗਈ ਹੈ ਇਹ? ਆ ਪੱਕੀ ਤਾਂ ਹੁਣੇ ਬਣਾਈ ਹੈ ਇਹਨਾਂ ਨੇ। ਪੱਕੀ ਹੁਣੇ ਬਣਾਈ ਹੈ। ਤੇ ਤੁਹਾਡਾ ਖਾਣਾ ਪੀਣਾ ਕਿੱਦਾਂ ਨਿਕਲਦਾ ਉਹ? ਤੁਸੀਂ ਰੋਟੀ ਪਾਣੀ ਕਿੱਥੋਂ ਖਾਂਦੇ ਹੋ? ਰੋਟੀਆਂ ਮੇਰੇ ਕੋਲ ਪਿਆ ਰਾਸਣ, ਮੈਂ ਤਾਂ 1 ਮਿੰਟ ਲਾਉਣਾ ਪਕਾਉਣ ਨੂੰ। ਉਹ ਚੁੱਲ੍ਹਾ ਮੇਰਾ ਨਹੀਂ। ਕਮਾਉਂਦੇ ਕਿੱਥੋਂ ਤੁਸੀਂ? ਮੈਨੂੰ ਪੈਨਸ਼ਨ ਲੱਗੀ ਹੋਈ ਆ। ਮੈਂ ਪਹਿਲਾਂ ਗੱਡੀ ਚਲਾਉਂਦਾ ਹੁੰਦਾ ਸੀ। ਸਰਕਾਰੀ? ਪ੍ਰਾਈਵੇਟ, ਨਾਗਪੁਰ ਨੂੰ। ਓਕੇ ਓਕੇ। ਤੇ ਉਹ ਕੰਪਨੀ ਵੱਲੋਂ ਤੁਹਾਨੂੰ ਪੈਨਸ਼ਨ ਲਗਾਈ ਗਈ ਹੈ? ਠੀਕ ਹੈ। ਸੋ ਇਹ ਸੀਗੇ ਸਾਡੇ ਨਾ ਜੁੜੇ ਹੋਏ ਬਜ਼ੁਰਗ ਜੋ ਇਸ ਦੇ ਵਿੱਚ ਰਹਿ ਰਹੇ ਨੇ। ਇਹਨਾਂ ਦਾ ਕਹਿਣਾ ਕਿ ਸਾਡਾ ਪਰਿਵਾਰ ਰਹਿੰਦਾ ਦਰਾਏ, ਅਤੇ ਇਹ ਆਪਣੇ ਡੰਗਰਾਂ ਦੇ ਕਾਰਨ ਇੱਥੇ ਆਪਣੀ ਮਰਜ਼ੀ ਦੇ ਤੌਰ 'ਤੇ ਆ ਜਾਂਦੇ ਨੇ। ਇਹਨਾਂ ਨਾਲ ਕੋਈ ਧੱਕਾ? ਹਾਂ ਬਿਲਕੁਲ, ਵਧੀਆ ਤਰੀਕੇ ਨਾਲ ਰਹਿ ਰਹੇ ਨੇ। ਇਹਨਾਂ ਨਾਲ ਕੋਈ ਧੱਕਾ ਨਹੀਂ ਕੀਤਾ ਜਾਂਦਾ, ਆਪਣੀ ਮਰਜ਼ੀ ਦੇ ਤੌਰ 'ਤੇ ਇੱਥੇ ਆ ਕੇ ਰੁਕ ਜਾਂਦੇ ਨੇ, ਖਾਣੇ ਪੀਣ ਦਾ ਕਹਿੰਦੇ ਕੋਈ ਚੱਕਰ ਹੀ ਨਹੀਂ। ਸੋ ਇਸ ਤਰ੍ਹਾਂ ਦੀ ਵੀ ਜ਼ਿੰਦਗੀ ਹੁੰਦੀ ਆ।